ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਤੁਹਾਡਾ ਹੋਸਟ ਅਤੇ ਦੋਸਤ ਸੁਪ੍ਰੀਤ ਸਿੰਘ ਕਾਲੋਂ, ਔਰ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ ਖਾਸ ਗੱਲਬਾਤ ਲੈ ਕੇ ਮੈਂ ਇਸ ਵਾਰ ਫਿਰ ਹਾਜ਼ਰ ਹਾਂ, ਔਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖਾਸ ਸ਼ਖਸੀਅਤ ਲੈ ਕੇ ਆਇਆ ਹਾਂ। ਇਸ ਕੁੜੀ ਦੇ ਨਾਲ ਮੈਂ ਤੁਹਾਨੂੰ ਮਿਲਵਾਉਣ ਦੇ ਲਈ ਜਾ ਰਿਹਾ, ਜੋ ਨਿੱਕੇ ਹੁੰਦਿਆਂ ਆਪਣੀ ਦਾਦੀ ਨੂੰ ਚਿੱਠੀਆਂ ਲਿਖੀਆਂ ਕਰਦੀ ਹੁੰਦੀ ਸੀਗੀ, ਔਰ ਇੱਕ ਸੁਪਨਾ ਸੀਗਾ ਆਪਣੇ ਸੱਭਿਆਚਾਰ ਨੂੰ, ਆਪਣੇ ਕਲਚਰ ਨੂੰ ਗੱਲ ਵਕੜੀ ਪਾਉਣ ਦਾ ਅਤੇ ਉਸਨੂੰ ਅਗਾਂਹ ਵਧਾਉਣ ਦਾ। ਸ਼ਾਇਦ ਇੱਕ ਵੱਡਾ ਕਾਰਨ ਹੈ ਕਿ ਗੁਰਦੁਆਰਿਆਂ ਦੇ ਵਿੱਚ ਜਾ ਕੇ ਇਸ ਕੁੜੀ ਨੇ, ਜਿਹੜੇ ਛੋਟੇ ਬੱਚੇ ਨੇ ਬਾਹਰਲੇ ਮੁਲਕਾਂ ਦੇ ਵਿੱਚ, ਉਹਨਾਂ ਨੂੰ ਪੰਜਾਬੀ ਦੀ ਸਿੱਖਿਆ ਵੀ ਜਿਹੜੀ ਹੈ ਉਹ ਮੁਫਤ ਪ੍ਰਦਾਨ ਕੀਤੀ, ਤਾਂ ਜੋ ਕਿ ਉਹ ਅਗਾਂਹ ਸਾਡੇ ਕਲਚਰ ਨੂੰ ਪ੍ਰਮੋਟ ਕਰ ਸਕਣ। ਇਸ ਦੇ ਨਾਲ ਹੀ ਇੱਕ ਛੋਟਾ ਜਿਹਾ ਸੁਪਨਾ ਸੀਗਾ ਫਿਲਮ ਇੰਡਸਟਰੀ ਦੇ ਵਿੱਚ, ਔਰ ਨਾਲ ਹੀ ਮਾਡਲਿੰਗ ਦੀ ਦੁਨੀਆ ਦੇ ਵਿੱਚ ਛਾ ਜਾਣ ਦਾ, ਪਰ ਉਹ ਵੀ ਸੱਭਿਆਚਾਰਕ ਕੋਈ ਕੰਟੈਸਟ ਹੋਵੇ ਅਤੇ ਉਸ ਦੇ ਵਿੱਚ ਬਿਲਕੁਲ, ਔਰ ਉਹਨਾਂ ਨੇ ਜਿੱਤਿਆ ਵੀ 2006 ਦੇ ਵਿੱਚ ਮਿਸ ਵਰਲਡ ਪੰਜਾਬਣ ਬਣ ਕੇ। ਜੀ ਹਾਂ, ਮੇਰੀ ਮੁਰਾਦ ਜਪਜੀ ਖਹਿਰਾ, ਔਰ ਸ਼ਾਇਦ ਇਹ ਪਹਿਲਾ ਸ਼ੋਅ ਹੋਏਗਾ ਜਿਸ ਦੇ ਵਿੱਚ ਮੈਨੂੰ ਦੋ ਵਾਰ ਜੀ ਲਗਾਉਣਾ ਪੈਣਾ ਹੈ, ਕਿਉਂਕਿ ਉਹਨਾਂ ਦੇ ਨਾਂ ਦੇ ਵਿੱਚ ਵੀ ਜੀ ਹੈ। ਜਪਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਖਾਸ ਗੱਲਬਾਤ ਦੇ ਵਿੱਚ। ਪਹਿਲਾਂ ਤਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਐਂਡ ਮੈਂ ਥੋੜ੍ਹੀ ਤਾਰੀਫ ਕਰਨਾ ਚਾਹੂੰਗੀ ਕਿ ਤੁਸੀਂ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਮੇਰੀ ਜਿਹੜੀ ਇੰਟਰੋਡਕਸ਼ਨ ਉਪਰੋਈ ਆ, ਸੋ ਥੈਂਕ ਯੂ ਸੋ ਮੱਚ, ਥੈਂਕ ਯੂ। ਤੁਹਾਡੀ ਇੱਕ ਵਿਲੱਖਣ ਪਹਿਚਾਣ ਹੈ, ਔਰ ਸਾਨੂੰ ਮੈਂ ਕਹੂੰਗਾ ਕਿ ਸ਼ੀ ਇਜ਼ ਐਨ ਅਨਟੋਲਡ ਸਟੋਰੀ। ਮੈਂ ਔਨਲਾਈਨ ਅਸੀਂ ਦੇਖਦੇ ਹਾਂ ਤਕਰੀਬਨ, ਸਾਨੂੰ ਇੰਟਰਵਿਊਸ ਮਿਲ ਜਾਂਦੀਆਂ, ਫਿਰ ਜਿਹੜੇ ਤੁਹਾਡੇ ਫੈਨਸ ਹੁੰਦੇ ਨੇ ਉਹਨਾਂ ਦਾ ਕੋਈ ਗਿਲੇ ਸ਼ਿਕਵੇ ਹੁੰਦੇ ਨੇ ਉਹ ਮਿਲ ਜਾਂਦੇ ਨੇ, ਉੱਥੋਂ ਅਸੀਂ ਥੋੜ੍ਹਾ ਬਹੁਤ ਹੈ ਨਾ ਪ੍ਰਿਪੇਅਰ ਕਰ ਲਈਦਾ। ਇੱਕ ਸ਼ਿਕਵਾ ਜਿਹੜਾ ਤੁਹਾਡੇ ਫੈਨਸ ਦਾ ਮੈਨੂੰ ਮਿਲਿਆ, ਤੁਸੀਂ ਰਿਪਲਾਈ ਨਹੀਂ ਕਰਦੇ ਉਹਨੂੰ। ਅੱਛਾ ਜੀ, ਕਿਤੇ ਇੱਦਾਂ ਤਾਂ ਨਹੀਂ ਹੋਇਆ ਕਿ ਤੁਹਾਡੇ ਮੈਸੇਜ ਦਾ ਰਿਪਲਾਈ ਨਹੀਂ ਕੀਤਾ? ਮੈਂ ਤਾਂ ਤੁਸੀਂ ਗੁੱਸਾ ਕਰ ਰਹੇ ਹੋ ਆਪਣਾ। ਮੈਂ ਤਾਂ ਵੈਸੇ ਤੁਹਾਡਾ ਸਭ ਤੋਂ ਵੱਡਾ ਫੈਨ ਹਾਂ, ਪਰ ਮੈਂ ਤੁਹਾਡੀਆਂ ਵੀਡੀਓਜ਼ ਦੇ ਵਿੱਚ ਵੀ ਦੇਖਿਆ ਸੀਗਾ, ਅਕਸਰ ਹੀ ਔਖਾ ਹੋ ਜਾਂਦਾ ਹੈ ਨਾ ਜਦੋਂ ਤੁਹਾਡੀ ਫੋਲੋਇੰਗ ਜਿਹੜੀ ਉਹ ਵੱਧ ਹੋ ਜਾਂਦੀ ਹੈ, ਉਸ ਤੋਂ ਬਾਅਦ ਮੈਂ ਟਰਾਈ ਕਰਦੀ ਹਾਂ। ਮੇਰਾ ਨੰਬਰ 1 ਲਾਈਫ 'ਚ ਰੂਲ ਇਹ ਆ ਕਿ ਮੈਂ ਕਿਸੇ ਨੂੰ ਮਤਲਬ ਦੁੱਖ ਨਾ ਪਹੁੰਚਾਵਾਂ ਐਵੇਂ, ਸੋ ਅਗਰ ਉਹਨਾਂ ਵਿਚਾਰੇ ਦੁਖੀ ਹੁੰਦੇ ਕਿ ਸਾਡਾ ਨਹੀਂ ਇਹਨਾਂ ਨੇ ਰਿਪਲਾਈ ਕੀਤਾ, ਤਾਂ ਆਈ ਐਮ ਵੈਰੀ ਵੈਰੀ ਸੋਰੀ ਫੋਰ ਦੈਟ। ਕੋਸ਼ਿਸ਼ ਮੈਂ ਜ਼ਰੂਰ ਕਰਦੀ ਹਾਂ ਸਾਰਿਆਂ ਦਾ ਰਿਪਲਾਈ ਕੀਤਾ ਜਾਵੇ, ਬਟ ਕਈ ਵਾਰੀ ਨਹੀਂ ਹੁੰਦਾ, ਮਿਸ ਹੋ ਜਾਂਦਾ ਆ, ਸੋ ਉਹਦੇ ਲਈ ਆਈ ਐਮ ਵੈਰੀ ਵੈਰੀ ਸੋਰੀ ਅਗਰ ਨਹੀਂ ਹੁੰਦਾ ਰਿਪਲਾਈ, ਤਾਂ ਮੈਂ ਇੱਥੇ ਰਿਪਲਾਈ ਕਰ ਦਿੰਦੀ ਹਾਂ। ਥੈਂਕ ਯੂ ਤੁਹਾਡਾ ਸਾਰਿਆਂ ਦਾ ਮੇਰੀ ਸਪੋਰਟ ਕਰਨ ਲਈ, ਇੰਨਾ ਪਿਆਰ ਦੇਣ ਲਈ। ਇਹ ਸ਼ੌਂਕ ਕਿੱਥੋਂ ਜਾਗਿਆ? ਕਿਉਂਕਿ ਆਸਟ੍ਰੇਲੀਆ ਦੇ ਵਿੱਚ ਤੁਸੀਂ ਜੰਮੇ ਪਲੇ ਵੱਡੇ ਹੋਏ ਹੋ, ਔਰ ਉਹ ਇੱਕ ਬਿਲਕੁਲ ਹੀ ਵੱਖਰੀ ਦੁਨੀਆ ਹੈ, ਔਰ ਇਹਨਾਂ ਪੰਜਾਬ ਦੇ ਨਾਲ ਮੋਹ ਕਿੱਦਾਂ? ਮੈਂ ਆਸਟ੍ਰੇਲੀਆ 'ਚ ਪਲੀ ਵੱਡੀ ਤਾਂ ਜ਼ਰੂਰ ਹੋਈ ਹਾਂ, ਪਰ ਮੇਰਾ ਜਨਮ ਵੈਸੇ ਪੰਜਾਬ ਦਾ। ਪਤਾ ਨਹੀਂ ਸਾਰਿਆਂ ਨੂੰ ਕਿਉਂ ਇੱਦਾਂ ਲੱਗਦਾ ਕਿ ਮੈਂ ਆਸਟ੍ਰੇਲੀਆ ਬੋਰਨ ਹੈਗੀ ਹਾਂ। ਉਹ ਨਹੀਂ, ਉਹ ਇੱਕ ਲੈਜ ਹੀ ਬਣ ਜਾਣੀ ਨਾ, ਜੰਮੀ ਪਲੀ ਵੱਡੀ ਹੋ ਮੈਂ। ਅੱਛਾ, ਤੁਸੀਂ ਤਾਂ ਓਕੇ, ਆਲਰਾਈਟ, ਓਕੇ, ਲੈਟ ਯੂ ਗੈਟ ਅਵੇ ਵਿਦ ਦੈਟ। ਬਟ ਯਾ, ਮੇਰਾ ਜਨਮ ਪੰਜਾਬ ਦਾ ਹੋਇਆ, ਅਤੇ ਮੈਨੂੰ ਮੇਰੇ ਲਈ ਬਹੁਤ ਮਾਣ ਦੀ ਗੱਲ ਆ, ਮੈਂ ਮਰਨਾ ਵੀ ਇੱਥੇ ਹੀ ਚਾਹੁੰਦੀ ਹਾਂ। ਸੋ ਇਟਸ ਲਾਈਕ ਜਦੋਂ ਮੈਨੂੰ ਕੋਈ ਇੱਦਾਂ ਕਹਿੰਦਾ ਨਾ ਕਿ ਤੁਸੀਂ ਆਸਟ੍ਰੇਲੀਆ ਦੇ ਬੋਰਨ, ਮੈਂ ਹਮੇਸ਼ਾ ਕਰੈਕਟ ਕਰਦੀ ਹਾਂ, ਸੋ ਦੈਟਸ ਦਾ ਰੀਜ਼ਨ ਵਾਈ ਆਮ ਕਰੈਕਟਿੰਗ ਯੂ। ਅਦਰ ਦੈਨ ਦੈਟ, ਸ਼ੌਂਕ ਕਿੱਦਾਂ ਇਹ ਮੈਨੂੰ ਪਿਆ? ਐਕਟਿੰਗ ਦਾ ਜੀ, ਪੰਜਾਬ ਦੇ ਨਾਲ ਮੋਹ ਦਾ ਵੀ ਤੁਹਾਡਾ? ਪੰਜਾਬ ਦੇ ਨਾਲ ਮੋਹ ਤੇ ਮੈਨੂੰ ਪਹਿਲਾਂ ਤੋਂ ਹੀ ਆ, ਤੇ ਹੁਣ ਵੀ ਉਹਨੇ ਤਾਂ ਉਹਨਾਂ ਹੀ ਆ, ਮਤਲਬ ਨਾ ਘਟਿਆ ਤਾਂ ਨਹੀਂ, ਵਧੀਆ ਜ਼ਰੂਰ ਕਹਿ ਸਕਦੇ ਹਾਂ ਆਪਾਂ। ਆਈ ਲਵ ਪੰਜਾਬ, ਪਤਾ ਨਹੀਂ ਕਿਉਂ ਮੈਨੂੰ ਲੱਗਦਾ ਕਿ ਇੱਥੋਂ ਦੀਆਂ ਜਿਹੜੀਆਂ ਵਾਈਬਸ ਆ ਉਹਨਾਂ ਨਾਲ ਮੈਂ ਕਨੈਕਟ ਕਰ ਪਾ ਰਹੀ ਹਾਂ ਜੀ, ਔਰ ਆਈ ਫੀਲ ਆਈ ਬਿਲੋਂਗ ਹੇਅਰ। ਮੈਨੂੰ ਇੱਦਾਂ ਲੱਗਦਾ ਕਿ ਮੈਂ ਪੰਜਾਬ ਦੀ ਧੀ ਹਾਂ, ਅਤੇ ਧੀਆਂ ਦੇ ਫਿਰ ਵੈਸੇ ਹੀ ਹੈਗੇ ਹੀ, ਔਰ ਜਦੋਂ ਵੀ ਬੰਦਾ ਆਪਣੀ ਮਿੱਟੀ ਤੋਂ ਦੂਰ ਜਾਂਦਾ ਨਾ, ਉਹ ਥੋੜ੍ਹਾ ਪਿਆਰ ਵੱਧ ਜਾਂਦਾ। ਅੱਛਾ, ਇੱਕ ਵਾਰੀ ਮੈਂ ਵੀ ਇੰਗਲੈਂਡ ਗਿਆ ਸੀਗਾ, ਸਾਲ ਕੁ ਮੈਂ ਉੱਥੇ ਲਾ ਬੈਠਾ, ਅਤੇ ਨਾ ਉਹ ਜਦੋਂ ਇੱਥੋਂ ਅਸੀਂ ਜਾਣਾ ਹੁੰਦਾ ਉਦੋਂ ਇਹ ਕਹਿੰਦਾ ਉਹ ਇੰਗਲੈਂਡ ਜਾਣਾ, ਉਹ ਵੀਜ਼ਾ ਲੱਗ ਜਾਵੇ, ਫਿਰ ਉੱਥੇ ਜਾ ਕੇ ਇੰਡੀਆ ਇੰਡੀਆ ਕਰਦੇ ਰਹੀਦਾ ਸੀ, ਇੰਡੀਆ ਕਰਦੇ ਰਹੀਦਾ। ਸੋ ਨਾ ਇੱਧਰ ਦੇ ਨਾ ਉੱਧਰ ਦੇ, ਬਟ ਮੈਂ ਇੱਧਰ ਦੀ ਹਾਂ, ਦੈਟਸ ਫੋਰ ਸ਼ੋਰ। ਸ਼ੌਂਕ ਇੱਦਾਂ ਪਿਆ ਕਿ ਮੈਂ ਮਿਸ ਵਰਲਡ ਪੰਜਾਬਣ ਜਿੱਤਿਆ ਸੀ 2006 ਦੇ ਵਿੱਚ, ਉਸ ਤੋਂ ਪਹਿਲਾਂ ਮਿਸ ਪੰਜਾਬਣ ਆਸਟ੍ਰੇਲੀਆ ਜਿੱਤਿਆ ਸੀ 2006 ਦੇ ਵਿੱਚ, ਔਰ ਲੁਧਿਆਣੇ ਆਈ ਸੀ ਵਰਲਡ ਲੈਵਲ ਜਿਹੜਾ ਕੰਟੈਸਟ ਹੋਇਆ ਮਿਸ ਵਰਲਡ ਪੰਜਾਬਣ, ਉਹਦੇ 'ਚੋਂ ਜਦੋਂ ਮੈਨੂੰ ਉਹਨਾਂ ਨੇ ਜੇਤੂ ਕੱਢਿਆ, ਉਸ ਤੋਂ ਬਾਅਦ ਸਰਦਾਰ ਮਨਮੋਹਨ ਸਿੰਘ ਜੀ ਨੇ, ਹਰਭਜਨ ਮਾਨ ਜੀ ਨੇ, ਉਹਨਾਂ ਨੇ ਟੀਵੀ 'ਤੇ ਦੇਖਿਆ, ਉਹਨਾਂ ਨੇ ਅਪਰੋਚ ਕੀਤਾ, ਔਰ ਫਿਰ ਉੱਥੋਂ ਫਿਰ ਇਹ ਸਿਲਸਿਲਾ ਜਿਹੜਾ ਸ਼ੁਰੂ ਹੋ ਗਿਆ। ਜਿਹੜਾ ਆਪਾਂ ਕੰਟੈਸਟੈਂਟਸ ਤੋਂ ਸਾਡੇ ਇਸ ਕਰੀਅਰ ਦੀ ਸ਼ੁਰੂਆਤ ਹੋਈ ਹੈ, ਉਸ ਦੇ ਲਈ ਕੋਈ ਸਪੈਸ਼ਲ ਪ੍ਰੈਪਰੇਸ਼ਨ ਦੀ ਤੁਹਾਨੂੰ ਲੋੜ ਪਈ? ਕਿਉਂਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਸੀਗੇ, ਥੋੜ੍ਹਾ ਕਲਚਰ ਤੋਂ ਅਸੀਂ ਦੂਰ ਹਾਂ, ਉੱਥੇ ਸਿਖਲਾਈ ਜੇ ਆਪਾਂ ਲੈਣੀ ਹੈ ਤਾਂ ਕਿੱਦਾਂ ਲਵਾਂਗੇ? ਹੁਣ ਤਾਂ ਬਹੁਤ ਈਜ਼ੀ ਹੋ ਗਿਆ, ਉਸ ਟਾਈਮ 'ਤੇ ਤਾਂ ਇੰਨਾ ਨਹੀਂ ਸੀ ਹੁੰਦਾ। ਉਦੋਂ ਸ਼ੋਅਜ਼ ਵਗੈਰਾ ਹੁੰਦੇ ਸੀਗੇ, ਕਮਿਊਨਿਟੀ ਸ਼ੋਅਜ਼ ਜਿਹੜੇ, ਹੈ ਨਾ, ਜਿੱਦਾਂ ਕੋਈ ਦਿਵਾਲੀ ਮੇਲਾ ਆ ਗਿਆ ਜਾਂ ਵਿਸਾਖੀ ਮੇਲਾ, ਇੱਦਾਂ ਦੇ ਹੁੰਦੇ ਸੀ, ਉੱਥੇ ਬੜਾ ਚਾਅ ਹੁੰਦਾ ਸੀ ਕਿ ਪਰਫੋਰਮੈਂਸ ਦੇਣੀ ਆ, ਗਿੱਧਾ ਕਰਨਾ,
ਔਰ ਗਿੱਧੇ ਤੋਂ ਹੌਲੀ ਹੌਲੀ ਫਿਰ ਮੈਂ ਐਂਕਰਿੰਗ ਵਗੈਰਾ ਸਾਰਾ ਕੁਛ ਕੀਤਾ ਮਤਲਬ ਹੈ ਨਾ। ਐਂਡ ਐਕਚੁਅਲੀ ਮੇਰਾ ਮੇਨ ਜਿਹੜਾ ਟੀਚਰ ਸੀ ਉਹੀ ਸੀ ਕਿ ਮੈਂ ਮਿਸ ਵਰਲਡ ਪੰਜਾਬਣ ਦਾ ਜਿਹੜਾ ਸਟੇਜ ਆ ਉਹਦੇ 'ਤੇ ਜਾ ਕੇ ਮੈਂ ਪਰਫੋਰਮ ਕਰਨਾ ਔਰ ਮੈਂ ਮਿਸ ਵਰਲਡ ਪੰਜਾਬਣ ਬਣਨਾ ਚਾਹੁੰਦੀ ਸੀਗੀ। ਮੈਨੂੰ ਇਹ ਲੱਗਦਾ ਸੀ ਕਿ ਇਹੀ ਇੱਕ ਚੀਜ਼ ਆ, ਸ਼ਾਇਦ ਇਹੀ ਰਸਤਾ ਹੈ ਜਿਹੜਾ ਮੈਨੂੰ ਵਾਪਸ ਪੰਜਾਬ ਲੈ ਜਾਵੇ। ਜੀ ਯੂ ਨੋ ਮੇਰੇ ਦਾਦੀ ਜੀ ਇੱਥੇ ਸੀ, ਉਹਨਾਂ ਨਾਲ ਕਾਫੀ ਪਿਆਰ ਸੀ, ਸੋ ਪੰਜਾਬੀ ਜਿਹੜੀ ਪੰਜਾਬੀ ਨਾਲ ਜੁੜਨ ਵਾਲੀ ਗੱਲ ਆ ਉਹ ਤਾਂ ਉਹ ਚਿੱਠੀਆਂ ਦੇ ਰਾਹੀਂ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਹੈ ਨਾ। ਮੈਂ ਅੱਛਾ ਮੇਰੀ ਫੇਵਰੇਟ ਹੈ ਨਾ, ਮੈਨੂੰ ਚਿੱਠੀਆਂ ਲਿਖਣ ਦਾ ਬਹੁਤ ਸ਼ੌਂਕ ਹੈ। ਅੱਜ ਈਮੇਲ ਦਾ, ਫੋਨ ਦਾ ਜ਼ਮਾਨਾ ਹੋ ਗਿਆ, ਡਿਜੀਟਲ ਭਾਵੇਂ ਵਰਲਡ ਹੋ ਚੁੱਕੀ ਹੈ, ਪਰ ਕਦੀ ਵੀ ਮੈਂ ਕਹਿੰਦਾ ਮਸਟ ਟ੍ਰਾਈ, ਕਦੀ ਵੀ ਜੇ ਤੁਹਾਡਾ ਚਾਂਸ ਲੱਗਦਾ ਨਾ ਕਿਸੇ ਆਪਣੇ ਮਿੱਤਰ ਨੂੰ ਕਦੀ ਚਿੱਠੀ ਲਿਖ ਕੇ ਦੇਖਿਓ, ਕਿਉਂਕਿ ਉਹਨਾਂ ਨੇ ਐਕਸਪੈਕਟ ਨਹੀਂ ਕੀਤਾ ਹੁੰਦਾ ਨਾ ਵੀ ਚਿੱਠੀ ਆਏਗੀ। ਐਂਡ ਸੋ ਦ ਥਿੰਗ ਇਜ਼ ਕਿ ਦਾਦੀ ਜੀ ਨੂੰ ਮੈਂ ਲੈਟਰਸ ਲਿਖਤੀ ਸੀ, ਉਹ ਪੰਜਾਬੀ ਦੇ ਨਾਲ ਤਾਂ ਮੈਂ ਇੱਦਾਂ ਜੁੜੀ ਹੋਈ ਸੀ, ਠੀਕ ਹੈ ਨਾ। ਔਰ ਰਹੀ ਗੱਲ ਕਿ ਆਪਣੇ ਕਲਚਰ ਦੇ ਨਾਲ, ਉਹ ਮੈਂ ਤੁਹਾਨੂੰ ਦੱਸਿਆ ਕਿ ਮੈਂ ਸ਼ੋਜ਼ ਵਗੈਰਾ ਕਰਦੀ ਸੀ, ਗਿੱਧਾ ਭੰਗੜਾ ਉਹ ਸਾਰਾ ਹੁੰਦਾ ਸੀ। ਹੁਣ ਉੱਥੇ ਕਾਫੀ ਜ਼ਿਆਦਾ ਕਿਹਨੂੰ ਕਹਿੰਦੇ ਅਵੇਅਰਨੈਸ ਵੀ ਹੋ ਗਈ ਕਲਚਰ ਨੂੰ ਲੈ ਕੇ, ਔਰ ਕਾਫੀ ਸ਼ੋਜ਼ ਵੀ ਹੋਣੇ ਸ਼ੁਰੂ ਹੋ ਗਏ ਆਪਣੇ, ਜਿਹੜੇ ਸਿੰਗਰਸ ਜਾਂਦੇ ਨੇ ਕੌਨਸਰਟ ਹੁੰਦੇ ਨੇ, ਸੋ ਉਹਨਾਂ ਨਾਲ ਵੀ ਮੈਨੂੰ ਲੱਗਦਾ ਜਿਹੜੇ ਆਪਣੀ ਜਨਰੇਸ਼ਨ ਉਹ ਕਨੈਕਟ ਕਰ ਪਾ ਰਹੀ ਹੈ ਸੌਂਗਸ ਦੇ ਰਾਹੀਂ, ਚਾਹੇ ਲਾ ਲਓ ਤੁਸੀਂ, ਹੈ ਨਾ। ਅਤੇ ਹੁਣ ਕਾਫੀ ਫੈਸਿਲਿਟੀਜ਼ ਵਗੈਰਾ ਵੀ ਹੋ ਗਈਆਂ, ਸ਼ੋਪਸ ਵੀ ਖੁੱਲ੍ਹ ਗਈਆਂ। ਉੱਥੇ ਕੋਈ ਸ਼ੋਪ ਵੀ ਨਹੀਂ ਸੀ ਹੁੰਦੀ, ਅਗਰ ਪ੍ਰੈਪਰੇਸ਼ਨ ਕਰਨੀ ਸੀ ਮਿਸ ਪੰਜਾਬਣ ਆਸਟ੍ਰੇਲੀਆ ਲਈ ਤਾਂ ਇੱਥੋਂ ਕੱਪੜੇ ਲੈ ਕੇ ਜਾਣਾ ਪੈਂਦੇ ਹੁੰਦੇ ਸੀਗੇ ਨਾ ਬਣਵਾ ਕੇ, ਤੋ ਹੁਣ ਤਾਂ ਕਾਫੀ ਜ਼ਿਆਦਾ ਈਜ਼ੀ ਹੋ ਗਿਆ। ਤੋ ਹੁਣ ਜਿਹੜੀ ਪੰਜਾਬੀ ਮੁਟਿਆਰਾਂ, ਉਹਨਾਂ ਕੋਲ ਕੋਈ ਬਹਾਨਾ ਨਹੀਂ ਆ ਕਿ ਅਸੀਂ ਮਤਲਬ ਇਸ ਰਾਹ ਨਹੀਂ ਤੁਰ ਸਕਦੇ, ਨਹੀਂ ਤੁਰ ਸਕਦੇ। ਉਦੋਂ ਤਾਂ ਸਾਨੂੰ ਰਾਹ ਖੁਦ ਬਣਾਉਣੇ ਪੈਂਦੇ ਸੀ, ਲੱਭਣੇ ਪੈਂਦੇ ਸੀ। ਸੋ ਰਾਹ ਪੱਧਰਾ ਤੇ ਤੁਸੀਂ ਹੀ ਕੀਤਾ ਵਾ, ਨਹੀਂ ਤੇ ਇਹ ਨਹੀਂ ਮੈਂ ਕਹਿ ਸਕਦੀ, ਰਾਹ ਤੇ ਕੋਈ ਵੀ ਆਪਣਾ ਪੱਧਰਾ ਕਰ ਸਕਦਾ, ਭਾਵੇਂ ਹਰੇਕ ਦਾ ਹੋਵੇ, ਪਰ ਇੱਕ ਗੱਲ ਜਿਹੜੀ ਹੈ ਉਹ ਜਪਜੀ ਦੀ ਜ਼ਰੂਰ ਤੁਹਾਡੇ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਹੈ, ਕਿਉਂਕਿ ਬਾਹਰਲੇ ਮੁਲਕ ਦੇ ਵਿੱਚ ਤੁਸੀਂ ਹੈਗੇ ਹੋ, ਉੱਥੇ ਕੋਈ ਪਲੇਟਫਾਰਮ ਨਹੀਂ ਹੈਗਾ, ਜੇ ਕੋਈ ਹੈਗਾ ਉਹ ਪੰਜਾਬ ਦੇ ਵਿੱਚ ਜਿੱਥੇ ਤੁਸੀਂ ਪਰਫੋਰਮ ਕਰਨਾ ਚਾਹੁੰਦੇ ਹੋ, ਉੱਥੇ ਫਿਰ ਫੈਸਿਲਿਟੀਜ਼ ਨਹੀਂ ਆ ਜਿਹਨਾਂ ਤੁਸੀਂ ਪ੍ਰਿਪਰੇਸ਼ਨ ਕਰਨੀ ਆ। ਫਿਰ ਤੁਸੀਂ ਮੇਰੇ ਖਿਆਲ 'ਚ ਆਪਣੇ ਵੱਖ ਵੱਖ ਜਿਹੜੇ ਉੱਥੇ ਦਿੱਗਜ ਨੇ, ਫਰੈਂਡਸ ਨੇ, ਉਹਨਾਂ ਦੀ ਹੈਲਪ ਵੀ ਉਹਨਾਂ ਨੂੰ ਪੁੱਛਿਆ ਕਿ ਕਿੱਦਾਂ ਕੀਤਾ ਜਾ ਸਕਦਾ ਹੈ, ਪੀਨੀਟਰੇਟ ਤੁਸੀਂ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਤਾਂ ਹੀ ਤੁਸੀਂ ਫਿਰ ਇੱਥੇ ਆ ਕੇ। ਜੀ ਮੈਨੂੰ ਯਾਦ ਆ, ਤੁਹਾਡੀ ਗੱਲ ਤੋਂ ਪਤਾ ਨਹੀਂ ਕਿੱਦਾਂ ਮੈਨੂੰ ਯਾਦ ਆ ਗਈ ਇਹ ਗੱਲ, ਮਿਸ ਇੰਡੀਆ ਆਸਟ੍ਰੇਲੀਆ ਹੁੰਦਾ ਔਰ ਮਿਸ ਇੰਡੀਆ ਵਰਲਡ ਵਾਈਡ ਫਿਰ ਹੁੰਦਾ, ਕਾਫੀ ਵੱਡੇ ਲੈਵਲ ਤੇ, ਲਾਈਕ ਯੂ ਨੋ ਗਲੋਬਲ ਲੈਵਲ ਹੈ ਤੇ ਵੀ ਮਿਸ ਵਰਲਡ ਪੰਜਾਬਣ ਕਾਫੀ ਵੱਡੇ ਲੈਵਲ ਦਾ ਗਲੋਬਲੀ, ਬਟ ਉਹ ਜਿਹੜਾ ਉਹ ਫਿਰ ਤੁਸੀਂ ਬਾਲੀਵੁੱਡ ਨਾਲ ਕਨੈਕਟਡ, ਮਤਲਬ ਜੇ ਤੁਸੀਂ ਉਹ ਜਿੱਤ ਜਾਂਦੇ ਹੋ ਤੇ ਤੁਹਾਨੂੰ ਬਾਲੀਵੁੱਡ ਆਫਰਸ ਆਉਂਦੀਆਂ, ਇਹਦੇ 'ਚ ਇਹ ਕਿ ਬਾਲੀਵੁੱਡ ਦੀਆਂ ਸੀਗੀਆਂ। ਉਸ ਟਾਈਮ ਤੇ ਮੈਂ ਮਿਸ ਇੰਡੀਆ ਆਸਟ੍ਰੇਲੀਆ ਲਈ ਸਿਲੈਕਟ ਹੋਈ ਸੀ, ਐਂਡ ਉਧਰੋਂ ਮੇਰਾ ਮਿਸ ਵਰਲਡ ਪੰਜਾਬਣ ਲਈ ਮੈਂ ਸਿਲੈਕਟ ਹੋ ਚੁੱਕੀ ਸੀ। ਸੋ ਮੇਰੇ ਨੂੰ ਡਿਸਾਈਡ ਕਰਨਾ ਸੀ ਕਿ ਮਿਸ ਇੰਡੀਆ ਆਸਟ੍ਰੇਲੀਆ ਦਾ ਜਿਹੜਾ ਮੈਂ ਐਪਲੀਕੇਸ਼ਨ ਪਾਇਆ ਉਹਦੇ ਲਈ ਸ਼ਾਰਟ ਲਿਸਟ ਹੋ ਗਈ ਹਾਂ, ਉਹਦੇ ਲਈ ਅੱਗੇ ਜਾਣਾ, ਕਿਉਂਕਿ ਦੋਨੋਂ ਸੇਮ ਟਾਈਮ 'ਤੇ ਹੋ ਰਹੇ ਸੀ ਕੰਟੈਸਟ। ਤੋ ਦੈਨ ਪਤਾ ਨਹੀਂ ਕਿਉਂ ਆਈ ਜਸਟ ਡਿਸਾਈਡਿਡ ਕਿ ਨਹੀਂ ਮੈਂ ਮਿਸ ਵਰਲਡ ਪੰਜਾਬਣ ਲਈ ਜਾਣਾ। ਪਹਿਲਾਂ ਤੁਸੀਂ ਜਪਜੀ ਉਸ ਸਾਈਡ ਸੀਗੇ ਜਿੱਥੇ ਪਰਫੋਰਮੈਂਸਿਸ ਦਈਦੀਆਂ ਨੇ, ਹੁਣ ਤੁਸੀਂ ਜਜਮੈਂਟ ਵਾਲੀ ਸਾਈਡ, ਕਿਹੜੀ ਜ਼ਿਆਦਾ ਸੌਖੀ ਹੈ? ਜਜਮੈਂਟ ਤਾਂ ਬਿਲਕੁਲ ਹੀ ਸੌਖੀ, ਆਈ ਹੇਟ ਜਜਿੰਗ ਅਦਰ ਪੀਪਲ, ਆਈ ਐਮ ਸੌਰੀ। ਅੱਛਾ, ਪੰਜੋਂ ਉਂਗਲਾਂ ਇਕੱਠੀਆਂ ਨਹੀਂ ਹੁੰਦੀਆਂ। ਮੈਂ ਭਾਜੀ ਹੁਣਾਂ ਨੂੰ ਪੁੱਛਿਆ ਸੀਗਾ, ਉਹ ਮਿਸਟਰ ਪੰਜਾਬ ਦੇ ਜੱਜ ਨੇ ਸਾਡੇ ਵਿੰਦੂ ਦਾਰਾ ਸਿੰਘ ਜੀ, ਤੇ ਉਹਨਾਂ ਨੇ ਕਿਹਾ ਕਿ ਮੈਨੂੰ ਜਜਮੈਂਟ ਸੌਖੀ ਲੱਗਦੀ। ਅੱਛਾ, ਉਹਨਾਂ ਨੂੰ ਜਜਮੈਂਟ ਸੌਖੀ ਲੱਗਦੀ? ਉਹ ਕਹਿੰਦੇ ਮੈਨੂੰ ਜਜਮੈਂਟ ਸੌਖੀ ਲੱਗਦੀ। ਹਾਂ, ਵੈਸੇ ਇੱਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਸੌਖੀ, ਕਿਉਂਕਿ ਇਹੀ ਕਹਿਣਾ ਤੇਰੇ 'ਚ ਆਹ ਗਲਤੀ ਆ ਨਹੀਂ ਠੀਕ, ਚਲੋ ਜੀ ਓਕੇ ਤਿਆਰੀ ਕਰਕੇ ਆਇਓ। ਇੱਕ ਤਰੀਕੇ ਨਾਲ ਤਾਂ ਹੈ, ਬਟ ਪਰਸਨਲੀ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਜੱਜ ਕਰਨਾ ਚਾਹੀਦਾ, ਬਟ ਚਲੋ ਇਹ ਹੁਣ ਹੈ। ਤੁਹਾਡਾ ਐਕਚੁਅਲੀ ਸ਼ੋਅ ਦਾ ਡਿਫਰੈਂਸ ਹੈ ਨਾ, ਉਹਨਾਂ ਨੇ ਸ਼ੋਅ ਕੀਤਾ ਉਹ ਬਿਗ ਬਾਸ, ਉਹਦੇ ਵਿੱਚ ਥੋੜ੍ਹਾ ਪ੍ਰੈਸ਼ਰ ਜ਼ਿਆਦਾ ਰਹਿੰਦਾ, ਉਧਰਲੀ ਸਾਈਡ ਉਹਦੀ ਔਖੀ ਹੈ, ਹੈ ਨਾ। ਨੋ, ਆਈ ਲਾਈਕ ਪਰਸਨਲੀ, ਅਗਰ ਤੁਸੀਂ ਮੈਨੂੰ ਪੁੱਛੋ ਤਾਂ ਆਈ ਲਾਈਕ ਦ ਪਰਫਾਰਮਿੰਗ, ਜਿਹੜੀ ਉਹਲੀ ਸਾਈਡ ਉਹ ਠੀਕ ਆ, ਗੁੱਦਾ ਭੰਗੜਾ ਪਾਉਂਦੇ ਆ ਆਪਾਂ। ਯਾ, ਮਤਲਬ ਮੈਂ ਕਿਸੇ ਨੂੰ ਇਹ ਨਹੀਂ ਕਹਿਣਾ ਚਾਹੁੰਦੀ ਕਿ ਤੇਰੇ 'ਚ ਆਹ ਕਮੀਆਂ ਨੂੰ ਠੀਕ ਕਰਕੇ, ਮਤਲਬ ਸਾਰੇ ਠੀਕ ਆ ਆਪਣੇ ਆਪ 'ਚ, ਬਿਲਕੁਲ। ਬਟ ਅਗੇਨ ਜਦੋਂ ਆਪਾਂ ਕੰਟੈਸਟ ਕਰਦੇ ਹਾਂ ਤਾਂ ਉਹਦਾ ਫਿਰ ਸਾਰਾ ਸੈਟਅਪ ਹੀ ਇਹ ਹੈ ਕਿ ਤੁਹਾਨੂੰ ਬੈਸਟ ਵਨ ਚੂਜ਼ ਕਰਨਾ, ਉਹ ਤਾਂ ਹੀ ਚੂਜ਼ ਕਰ ਸਕੋਗੇ ਜਦੋਂ ਤੁਸੀਂ ਸਾਰੀਆਂ ਲਿਸਟ ਦੇ ਗੋ ਥਰੂ ਹੋਗੇ ਕਿ ਆਹ ਚੀਜ਼ ਹੈਗੀ ਆ ਨਹੀਂ ਹੈਗੀ, ਯੂ ਨੋ। ਸੋ ਬਿਲਕੁਲ ਠੀਕ, ਹਰ ਚੀਜ਼ ਆਪਣੀ ਜਗ੍ਹਾ। ਅੱਛਾ, ਤੁਸੀਂ ਵਿਰਸੇ ਦੇ ਨਾਲ ਹੈ ਨਾ ਜੁੜੇ ਰਹੇ ਹੋ, ਕਦੀ ਮੱਝ ਦੀਆਂ ਧਾਰਾਂ ਕੱਢੀਆਂ? ਯੈਸ, ਐਂਡ ਇੰਨੀ ਫਨੀ ਗੱਲ ਆ, ਆਸਟ੍ਰੇਲੀਆ ਜਾ ਕੇ ਪੰਜਾਬ ਦੇ ਪਿੰਡ 'ਚ ਨਹੀਂ। ਓਕੇ, ਆਸਟ੍ਰੇਲੀਆ ਇੱਕ ਵਾਰੀ ਟਰਾਈ ਕੀਤਾ ਸੀਗਾ। 2013 'ਚ ਤੁਸੀਂ 3 ਫਿਲਮਾਂ ਕੀਤੀਆਂ, 2014 ਤੋਂ ਬਾਅਦ ਫਿਰ ਤੁਸੀਂ 4 ਸਾਲ ਦਾ ਬ੍ਰੇਕ, ਦੋ ਵਾਰੀ 4 ਸਾਲ ਦਾ ਬ੍ਰੇਕ ਲੈਣ ਦਾ ਕੀ ਮਤਲਬ ਹੈ ਸਾਨੂੰ ਇਹ ਦੱਸੋ, ਔਰ 4 ਸਾਲ ਹੀ ਕਿਉਂ? ਗਾਇਬ ਕਿਉਂ ਹੋ ਜਾਂਦੀਆਂ?
ਹਾਏ, ਮੈਨੂੰ ਸਾਰੇ ਇਹ ਕੁਐਸਚਨ ਪੁੱਛਦੇ ਆ ਤੇ ਅਜੇ ਤੱਕ ਮੈਂ ਇਹਦਾ ਕੋਈ ਜਵਾਬ ਨਹੀਂ ਬਣਾਇਆ। ਨਹੀਂ, ਇਹਦਾ ਜਵਾਬ ਮੇਰੇ ਖਿਆਲ 'ਚ ਤੁਸੀਂ ਦਿੱਤਾ ਹੋਇਆ ਕਿ ਤੁਸੀਂ ਧਰਤੀ ਤੋਂ ਬਾਅਦ ਜਾਂ ਮਿੱਟੀ ਵਾਜਾਂ ਮਾਰਦੀ ਤੋਂ ਬਾਅਦ ਐਕਟਿੰਗ ਦੀਆਂ ਕਲਾਸਿਸ ਤੇ ਲਈ ਗਏ ਸੀ। ਹਾਂ, ਮੈਂ ਨਾਇਡਾ 'ਚ ਕੀਤਾ ਸੀਗਾ, ਕੋਰਸ ਕੀਤਾ ਸੀ। ਕਿੰਨੇ ਸਮੇਂ ਦਾ ਕੋਰਸ ਹੈ? ਨਹੀਂ, ਜ਼ਿਆਦਾ ਨਹੀਂ ਸੀਗਾ, ਉਹ ਤਾਂ ਜਸਟ ਗਰੂਪਿੰਗ ਵਾਸਤੇ ਕੀਤਾ ਸੀ ਮੈਂ। ਮੈਨੂੰ ਇੱਦਾਂ ਲੱਗਾ ਇੰਨੀ ਤਾਂ ਮੈਨੂੰ ਆਉਂਦੀ ਐਕਟਿੰਗ ਆਲਰੇਡੀ, ਫਿਰ ਮੈਂ ਫਿਰ ਵਾਪਸ ਆ ਕੇ ਅਤੇ ਫਿਰ ਫਿਲਮਸ ਕੀਤੀਆਂ ਸੀ। ਮੈਂ ਇੰਨਾ ਬ੍ਰੇਕ ਕਿਉਂ ਲੈਂਦੀ ਹਾਂ ਮੈਨੂੰ ਨਹੀਂ ਪਤਾ। ਮੈਨੂੰ ਲੱਗਦਾ ਸ਼ਾਇਦ ਜਿਹੜੀ ਚੀਜ਼ ਮੈਂ ਕਰਨਾ ਚਾਹੁੰਦੀ ਹਾਂ, ਔਫਰਸ ਜ਼ਰੂਰ ਆਉਂਦੀਆਂ ਰਹੀਆਂ, 4 ਈਅਰਸ ਦਾ ਜਿਹੜਾ ਗੈਪ, ਉਹਦੇ ਵਿੱਚ ਕਾਫੀ ਔਫਰਸ ਆਉਂਦੀਆਂ ਰਹੀਆਂ, ਲੇਕਿਨ ਜ਼ਿਆਦਾਤਰ ਮੈਂ ਨਾ ਹੀ ਕੀਤੀ ਆ। ਉਹ ਇਸ ਕਰਕੇ ਸ਼ਾਇਦ ਮੈਨੂੰ ਇੱਦਾਂ ਲੱਗਦਾ ਸੀ ਕਿ ਜਦ ਤੱਕ ਮੈਨੂੰ ਇੱਦਾਂ ਫੀਲ ਹੁੰਦਾ ਕਿ ਜਦ ਤੱਕ ਮੈਂ ਆਪਣਾ 100% ਉਸ ਪ੍ਰੋਜੈਕਟ ਨੂੰ ਜੇ ਨਹੀਂ ਦੇ ਸਕਦੀ ਤਾਂ ਮੈਂ ਕਿਸੇ ਦਾ ਪ੍ਰੋਜੈਕਟ ਖਰਾਬ ਨਹੀਂ ਕਰਨਾ ਚਾਹੂੰਗੀ, ਮੈਂ ਨਹੀਂ ਕਰੂੰਗੀ ਜੀ। ਚਾਹੇ ਉਹ ਰੋਲ ਨੂੰ ਲੈ ਕੇ ਹੋਵੇ, ਚਾਹੇ ਉਹ ਕਾਸਟ ਨੂੰ ਲੈ ਕੇ ਹੋਵੇ, ਚਾਹੇ ਕੁਛ ਵੀ ਹੋਵੇ, ਜੇ 100% ਦਿਲ ਨਹੀਂ ਮੰਨਦਾ ਮੈਂ ਨਹੀਂ ਕਰੂੰਗੀ। ਤਾਂ ਇਹੀ ਰੀਜ਼ਨ ਹੈ ਸ਼ਾਇਦ ਮੇਰਾ ਦਿਲ ਨਹੀਂ ਮੰਨਿਆ ਕਿ ਮੈਂ ਇਹਨੂੰ ਕਰਨਾ ਚਾਹੀਦਾ। ਬਹੁਤ ਫਿਲਮਸ ਦੀ ਔਫਰ ਆਈਆਂ, ਬਟ ਹੁਣ ਮੈਂ ਨਾ ਕਰਨ ਦੀ ਬਜਾਏ ਨਾ ਹੁਣ ਮੈਂ ਸੋਚਿਆ ਕਿ ਨਹੀਂ, ਹੁਣ ਮੈਂ ਹਾਂ ਹੀ ਕਰਨੀ, ਚਾਹੇ ਜਿੱਦਾਂ ਦਾ ਮਰਜ਼ੀ ਹੋਵੇ, ਕਿਉਂਕਿ ਮੇਰੇ ਫੈਨਸ ਬਹੁਤ ਪਰੇਸ਼ਾਨ ਨੇ ਮੇਰੇ ਤੋਂ। ਚਲੋ, ਹਜੇ ਹੋਰ ਵੀ ਡਿਸਕਸ ਕਰਾਂਗੇ ਕਿ 4 ਸਾਲ ਦੇ ਵਿੱਚ ਇਹਨਾਂ ਨੇ ਕੀ ਹੋਰ ਕੀਤਾ, ਸ਼ਾਇਦ ਕੁਝ ਹੋਰ ਯਾਦ ਆ ਜਾਏ। ਛੋਟਾ ਜਿਹਾ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਵਾਂਗੇ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਬਹੁਤ ਸਵਾਗਤ ਹੈ। ਸਾਡੇ ਨਾਲ ਜਪਜੀ ਖਹਿਰਾ ਜੀ ਮੌਜੂਦ ਨੇ ਹਾਲੇ ਵੀ। 4 ਸਾਲ 'ਤੇ ਜਿਹੜਾ ਬ੍ਰੇਕ ਸੀਗਾ ਉਹ 'ਤੇ ਗੱਲ ਅੜੀ ਹੋਈ ਸੀਗੀ, ਔਰ ਸਾਨੂੰ ਪਤਾ ਲੱਗਿਆ ਕਿ ਤੁਸੀਂ ਢੋਲ ਵੀ ਵਜਾਉਣਾ ਸਿੱਖਿਆ ਕਿਤੇ ਇਹਨਾਂ 4 ਸਾਲਾਂ ਦੇ ਵਿੱਚ ਹੀ ਤਾਂ ਨਹੀਂ? ਨਹੀਂ, ਇਹ ਤਾਂ ਮੈਂ ਪਹਿਲਾਂ ਸਿੱਖਿਆ ਸੀ ਮਿਸ ਵਰਲਡ ਪੰਜਾਬਨ ਦੀ ਜਦੋਂ ਪ੍ਰੈਪਰੇਸ਼ਨ ਚੱਲ ਰਹੀ ਸੀ ਜੀ। ਤਾਂ ਉਦੋਂ ਫਿਰ ਸਵੇਰੇ ਉੱਠ ਕੇ ਮਤਲਬ ਪੂਰੀ ਰੂਟੀਨ ਹੁੰਦੀ ਸੀਗੀ, ਚਰਖਾ ਕੱਤਣਾ, ਫਿਰ ਉਹ ਛੱਜ, ਹੈ ਨਾ, ਫਿਰ ਭੰਗੜਾ ਪਾਉਣਾ, ਮਤਲਬ ਸਾਰਾ ਉਹ ਇੱਕ ਰੂਟੀਨ ਬਣਾਈ ਹੋਈ ਸੀ ਮਿਸ ਵਰਲਡ ਪੰਜਾਬਨ ਤੋਂ ਪਹਿਲਾਂ। ਫਿਰ ਢੋਲ ਦੀ ਕਲਾਸ ਹੁੰਦੀ ਸੀ, ਤਾਂ ਆਈ ਵਾਂਟਡ ਟੂ ਡੂ ਸਮਥਿੰਗ ਡਿਫਰੈਂਟ ਫੋਰ ਦ ਕੰਟੈਸਟ, ਟੈਲੈਂਟ ਰਾਊਂਡ ਵਾਸਤੇ। ਟੈਲੈਂਟਲੀ ਮੈਂ ਡਾਂਸ ਵੀ ਕਰ ਸਕਦੀ ਸੀ, ਮੈਂ ਐਕਟਿੰਗ ਵੀ ਕਰ ਸਕਦੀ ਸੀ, ਪਰ ਮੈਨੂੰ ਲੱਗਾ ਕਿ ਉਹ ਤਾਂ ਚਲੋ ਹੈ ਹੀ ਆ, ਕੁਛ ਡਿਫਰੈਂਟ ਕਰਨਾ ਚਾਹੀਦਾ ਨਾ। ਤਾਂ ਮੈਂ ਫਿਰ ਢੋਲ ਵਜਾਉਣਾ। ਕਿੰਨਾ ਔਖਾ ਸੀ ਢੋਲ ਵਜਾਉਣਾ? ਠੀਕ ਸੀਗਾ, ਆਈ ਥਿੰਕ ਪ੍ਰੈਕਟਿਸ ਅਗਰ ਕਰੇ ਤਾਂ ਆ ਹੀ ਜਾਏਗਾ, ਕੋਈ ਇੰਨਾ ਔਖਾ ਵੀ ਨਹੀਂ ਸੀ। ਕਿੰਨੇ ਸਮੇਂ 'ਚ ਸਿੱਖ ਗਏ ਸੀ ਤੁਸੀਂ? ਮੈਂ ਬੇਸਿਕਸ ਸਿੱਖੇ ਸੀਗੇ ਜ਼ਿਆਦਾ, ਟਾਈਮ ਮੇਰੇ ਕੋਲ ਘੱਟ ਸੀ ਕਿਉਂਕਿ ਮੈਂ ਆਸਟ੍ਰੇਲੀਆ ਤੋਂ ਆਈ ਸੀ, ਤਾਂ ਮੇਰੇ ਕੋਲ ਮੇਰਾ ਖਿਆਲ ਸ਼ਾਇਦ 20-25 ਡੇਜ਼ ਹੋਣੇ ਆ। ਆਲਰਾਈਟ, ਤਾਂ ਉਸ ਟਾਈਮ ਦੇ ਵਿੱਚ ਸਿੱਖ ਲਿਆ ਸੀ। ਜਿਹੜਾ ਬਿਊਟੀ ਪੇਜੈਂਟਸ ਤੋਂ ਬਾਅਦ ਤੁਸੀਂ ਪਰਫਾਰਮੈਂਸਿਸ ਦਿੱਤੀਆਂ ਵਾ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਨਿਖਾਰ ਸੀਗਾ। ਓਕੇ, ਇਸਦੀ ਪਹਿਲਾਂ ਤੋਂ ਤੁਸੀਂ ਪ੍ਰੈਕਟਿਸ ਕਰ ਰਹੇ ਸੀ ਜਦੋਂ ਪੇਜੈਂਟਸ ਦੀ ਪ੍ਰੈਕਟਿਸ ਕਰ ਰਹੇ ਸੀ, ਨਾਲ ਦੀ ਨਾਲ ਐਕਟਿੰਗ ਦੀ ਵੀ ਪਤਾ ਸੀ ਆਉਣਾ? ਐਕਟਿੰਗ ਦਾ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਮੈਂ, ਹਾਂ ਮੈਂ ਜ਼ਰੂਰ ਮਨ ਜੀ ਦੇ ਨਾਲ, ਕਿਉਂਕਿ ਉਸ ਟਾਈਮ ਹਰਭਜਨ ਜੀ ਦੀਆਂ ਫਿਲਮਸ ਕਾਫੀ ਚੱਲ ਰਹੀਆਂ ਸੀ, ਉਹਨਾਂ ਦੀਆਂ ਹੀ ਸੀ ਬੇਸਿਕਲੀ। ਐਂਡ ਇਹ ਇੱਕ ਟੀਵੀ 'ਤੇ, ਆਈ ਥਿੰਕ ਹਰ ਕੁੜੀ ਨੂੰ ਇਹ ਹੁੰਦਾ ਹੋਊਗਾ ਟੀਵੀ ਦੇਖ ਕੇ ਕਿ ਮੈਂ ਵੀ ਇੱਦਾਂ ਮਤਲਬ ਟੀਵੀ 'ਤੇ ਆਉਣਾ ਚਾਹੁੰਦੀ ਹਾਂ, ਬਣਨਾ ਚਾਹੁੰਦੀ, ਕਿਉਂਕਿ ਅੱਜ ਕੱਲ੍ਹ ਜੋ ਮੈਂ ਦੇਖ ਰਹੀ ਹਾਂ ਉਹ ਜ਼ਿਆਦਾਤਰ ਇਹੀ ਕਰੇਜ਼ ਆ ਕਿ ਟੀਵੀ 'ਤੇ ਆਉਣਾ। ਤਾਂ ਉਸ ਟਾਈਮ 'ਤੇ ਸੀ, ਔਰ ਉਦੋਂ ਦੇਖ ਕੇ ਇੱਦਾਂ ਲੱਗਦਾ ਸੀ ਕਿ ਹਾਂ ਕਾਸ਼, ਬਟ ਇਹ ਨਹੀਂ ਸੀ ਪਤਾ ਕਿ ਇੰਨੀ ਜਲਦੀ ਸੱਚ ਹੋ ਜਾਏਗਾ ਜਿਹੜਾ ਕਾਸ਼ ਯੂ ਨੋ ਬੰਦਾ ਸੋਚ ਰਿਹਾ ਨਾ, ਡੇ ਡ੍ਰੀਮ ਕਰ ਰਿਹਾ। ਤਾਂ ਰੱਬ ਨੇ ਕਿਤੇ ਲਾਗੇ ਹੋ ਕੇ ਸੁਣ ਲਈ, ਤਾਂ ਦੈਟਸ ਵਾਈ ਆਈ ਐਮ ਹੇਅਰ। ਪਰ ਫਿਰ ਤੁਹਾਨੂੰ ਜਲਦੀ ਤੁਹਾਡਾ ਸੁਪਨਾ ਜਿਹੜਾ ਤੁਸੀਂ ਸੋਚਿਆ ਸੀ ਉਹ ਹਾਸਲ ਵੀ ਹੋਇਆ? ਆਈ ਨੋ, ਐਕਟਿੰਗ ਜਿਹੜਾ ਸਕਿੱਲ ਹੈ ਉਹ ਕਿੱਦਾਂ ਡਿਵੈਲਪ ਹੋਇਆ ਇੰਨੀ ਛੇਤੀ? ਕਿੱਦਾਂ ਹੋਇਆ ਮੈਨੂੰ ਨਹੀਂ ਪਤਾ, ਇਟਸ ਜਸਟ ਨੈਚੁਰਲ, ਆਈ ਡੋਨਟ ਨੋ, ਮੈਨੂੰ ਨਹੀਂ ਪਤਾ। ਇਸਦਾ ਮਤਲਬ ਬਚਪਨ ਤੋਂ ਕੀੜਾ ਹੈਗਾ ਸੀਗਾ, ਪੈਸ਼ਨੇਟ ਤੁਸੀਂ ਸੀਗੇ? ਸ਼ੀਸ਼ੇ ਅੱਗੇ ਦੇਖ ਕੇ ਐਕਟਿੰਗ ਕਰਨਾ ਔਰ ਡਾਂਸ ਕਰਨਾ, ਔਰ ਮੈਨੂੰ ਯਾਦ ਮੇਰੇ ਦਾਦੀ ਜੀ ਬੈਠ ਕੇ ਯੂ ਨੋ ਗਿੱਧਾ ਪਾਉਂਦੇ ਹੁੰਦੇ ਸੀ, ਮੇਰਾ ਛੋਟਾ ਨਾਮ ਗਿਫਟ ਆ, ਅਤੇ ਉਹ ਕਹਿੰਦੇ ਸਾਡਾ ਗਿਫਟੂ ਨੱਚੂਗਾ, ਸਾਡਾ ਗਿਫਟੂ, ਉਦੋਂ ਦੇ ਨੱਚਦੇ ਨੱਚਦੇ ਹੁਣ ਤੱਕ ਨੱਚੀ ਜਾ ਰਹੀ ਹਾਂ, ਦਾਦੀ ਜੀ ਤਾਂ ਨਹੀਂ ਰਹੇ, ਬਟ ਉਹ ਹਮੇਸ਼ਾ ਮੈਨੂੰ ਇਹ ਚੀਜ਼ ਦੀ ਉਤਸ਼ਾਹ ਮਤਲਬ ਦਿੰਦੇ ਸੀ। ਕਹਿਣ ਤੋਂ ਭਾਵ ਹੈ ਕਿ ਜਿਨ੍ਹਾਂ ਨੇ ਸੁਪਨਿਆਂ ਦੇ ਵਿੱਚ ਕੰਧਾਂ ਦੇ ਨਾਲ ਗੱਲਾਂ ਕਰ ਲਈਆਂ ਹੁਣ ਉਹਨਾਂ ਨੂੰ ਫਿਰ ਕੈਮਰੇ ਕੀ ਕਹਿੰਦੇ? ਹਾਂ, ਮੈਂ ਇਕੱਲੀ ਵੀ ਗੱਲਾਂ ਕਰਦੀ ਹੁੰਦੀ ਸੀ, ਇਕੱਲੀ ਗੱਲਾਂ ਇੱਦਾਂ ਕਰਦੀ ਸੀ, ਮੈਂ ਐਕਟਿੰਗ ਕਰਦੀ ਹੁੰਦੀ ਸੀ ਜਿੱਦਾਂ ਕਿ ਨਹੀਂ ਤੂੰ ਇਹ ਮਤ ਕਰੋ, ਤੂੰ ਐਸੇ ਇਹ ਕਰੋ, ਮਤਲਬ ਸਕੂਲ ਜਿੱਦਾਂ ਨਾ, ਅਗਰ ਸਕੂਲ ਤੋਂ ਆਉਣਾ ਮੈਂ ਅਤੇ ਟੀਚਰ ਦੀ ਐਕਟਿੰਗ ਕਰਨੀ ਨਾ ਮੈਂ, ਤਾਂ ਕਈ ਵਾਰੀ ਤਾਂ ਮੰਮਾ ਡੈਡਾ ਨਹੀਂ ਫ੍ਰੀ ਹੁੰਦੇ ਸੀਗੇ ਤਾਂ ਮੈਂ ਆਪੇ ਲੱਗੀ ਰਹਿੰਦੀ ਸੀ, ਪ੍ਰਟੈਂਡ ਕਰਦੀ ਸੀ ਕਿ ਆਹ ਬੱਚੇ ਆ ਅਤੇ ਮੈਂ ਟੀਚਰ ਹਾਂ, ਠੀਕ ਹੈ ਨਾ। ਅਤੇ ਫਿਰ ਮੈਨੂੰ ਦਾਦਾ ਜੀ ਕਹਿੰਦੇ ਕਿ ਜਿਹੜੇ ਪਾਗਲ ਹੁੰਦੇ ਆ ਨਾ ਉਹ ਇਕੱਲੇ ਗੱਲਾਂ ਕਰਦੇ ਹੁੰਦੇ ਆ, ਤੂੰ ਪਾਗਲ ਆ? ਐਂਡ ਫਿਰ ਮੈਨੂੰ ਲੱਗਾ ਕਿ ਹਾਂ, ਉਦੋਂ ਮੈਂ ਛੋਟੀ ਸੀ, ਇੰਨਾ ਵੀ ਜ਼ਿਆਦਾ ਸੀਰੀਅਸਲੀ ਨਹੀਂ ਲਿਆ, ਬਟ ਹੁਣ ਮੈਨੂੰ ਇੱਦਾਂ ਲੱਗਦਾ ਕਿ ਐਕਟਰ ਬਣਨ ਲਈ ਯੂ ਹੈਵ ਟੂ ਡੂ ਦੈਟ ਜੀ, ਬਿਲਕੁਲ, ਸ਼ੀਸ਼ੇ ਨਾਲ ਆਪਣੇ ਆਪ ਨਾਲ ਗੱਲਾਂ ਕਰਨੀਆਂ, ਆਪਣੇ ਆਪ ਨੂੰ ਆਪਣੀ ਪਰਫਾਰਮੈਂਸ ਪਹਿਲਾਂ ਸ਼ੀਸ਼ੇ ਅੱਗੇ ਦੇ ਕੇ ਦੇਖਣੀ, ਮੈਂ ਕਰਦੀ ਤਾਂ ਨਹੀਂ ਇੰਨਾ ਜ਼ਿਆਦਾ ਹੁਣ, ਪਹਿਲਾਂ ਜ਼ਰੂਰ ਸੀ ਛੋਟੇ ਹੁੰਦਿਆਂ। ਸਭ ਤੋਂ ਜ਼ਿਆਦਾ ਲੰਬੀ ਸ਼ਿਫਟ ਕਿਹੜੇ ਗਾਣੇ ਜਾਂ ਫਿਰ ਕਿਹੜੀ ਫਿਲਮ ਦੇ ਵਿੱਚ ਲੱਗੀ ਜਿਹ 'ਚ ਜ਼ਿਆਦਾ ਕੰਮ ਕਰਨਾ ਪਿਆ, 16 ਘੰਟੇ ਜਾਂ 18 ਘੰਟੇ ਜਾਂ 22 ਘੰਟੇ ਜਾਂ 24 ਘੰਟੇ?
ਇਹ ਤਾਂ ਪੰਜਾਬੀ ਫਿਲਮਾਂ 'ਚ ਫਿਰ ਕਰਾ ਹੀ ਲੈਂਦੇ ਕਈ ਵਾਰੀ ਯੂ ਨੋ ਇੱਦਾਂ ਮੈਂ ਇੱਕ ਫਿਲਮ ਦਾ ਨਾਮ ਨਹੀਂ ਲਊਂਗੀ ਬਟ ਪਤਾ ਨਹੀਂ ਆਈ ਡੋਨਟ ਨੋ ਓਵਰ ਟਾਈਮ ਦਿੰਦੇ ਫਿਰ ਕਿ ਨਹੀਂ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਇਹਨਾਂ ਨੇ ਦੇਣਾ ਕਿ ਤੁਸੀਂ ਦਿੰਦੇ ਹੋ ਕਿ ਨਹੀਂ ਦਿੰਦੇ ਇੱਕ ਫਿਲਮ ਜਦੋਂ ਕਾਮਯਾਬ ਹੋ ਜਾਂਦੀ ਹੈ ਔਰ ਇੱਕ ਫਿਲਮ ਜਿਹੜੀ ਮੀਡੀਅਮ ਜੀ ਰਹਿੰਦੀ ਹੈ ਜਾਂ ਫਿਰ ਕੋਈ ਫਿਲਮ ਜਿਹੜੀ ਨਹੀਂ ਚੱਲਦੀ ਹੈ ਉਸ ਤੋਂ ਬਾਅਦ ਕੀ ਮਾਹੌਲ ਹੁੰਦਾ ਹੈ ਸਾਰੀ ਟੀਮ ਦੁਬਾਰਾ ਆਤਮ ਚਿੰਤਨ ਕਰਦੀ ਹੈ ਕਿਤੇ ਕਿਤੇ ਕੋਈ ਗਲਤੀ ਹੋ ਗਈ ਜਾਂ ਆਹ ਫਿਲਮ ਦੇ ਵਿੱਚ ਆਹ ਪੋਜ਼ਿਟਿਵ ਐਸਪੈਕਟ ਰਿਹਾ ਜਿਸ ਕਰਕੇ ਹਿੱਟ ਹੋਈ ਹੈ ਇੱਦਾਂ ਦੀ ਕੋਈ ਗੱਲਬਾਤ ਹੁੰਦੀ ਹੈ ਜਾਂ ਸਾਰੇ ਆਪੋ ਆਪਣੇ ਘਰਾਂ ਨੂੰ ਰਾਹ ਜਾਂਦੇ ਤਾਂ ਸਾਰੇ ਆਪਣੇ ਆਪਣੇ ਘਰਾਂ ਨੂੰ ਹੀ ਆ ਬਟ ਅਗਰ ਤੁਸੀਂ ਦੁਬਾਰਾ ਫਿਰ ਉਸ ਟੀਮ ਨਾਲ ਗੱਲ ਕਰ ਰਹੇ ਹੋ ਤਾਂ ਕਿਤੇ ਨਾ ਕਿਤੇ ਗੱਲ ਆ ਜਾਂਦੀ ਕਿ ਆ ਜਿਸ ਕਿਉਂਕਿ ਜੋ ਚੀਜ਼ ਹੋ ਗਈ ਲੋਕਾਂ ਨੇ ਉਹਦਾ ਰਿਜ਼ਲਟ ਸੁਣਾ ਤਾ ਕਿ ਪਸੰਦ ਆਈ ਜਾਂ ਨਹੀਂ ਆਈ ਤਾਂ ਦੈਟਸ ਇਟ ਯੂ ਨੋ ਫਿਰ ਨੈਕਸਟ ਵਾਲੇ ਪ੍ਰੋਜੈਕਟ 'ਤੇ ਤੁਸੀਂ ਨਵੇਂ ਤਰੀਕੇ ਨਾਲ ਨਵੀਆਂ ਚੀਜ਼ਾਂ ਨੂੰ ਲੈ ਕੇ ਕੰਮ ਕਰਦੇ ਹੋ ਨਵੀਆਂ ਚੀਜ਼ਾਂ ਨੂੰ ਮੁੱਦੇਨਜ਼ਰ ਰੱਖ ਕੇ ਕੰਮ ਕਰਦੇ ਹੋ ਕਿ ਆਹ ਚੀਜ਼ 'ਤੇ ਮੈਂ ਇੰਪਰੂਵ ਕਰਨਾ ਜਾਂ ਜਿਹੜੀ ਫੀਡਬੈਕ ਮਿਲੀ ਹੁੰਦੀ ਹੈ ਕਿ ਆਹ ਚੀਜ਼ ਲੋਕਾਂ ਨੂੰ ਪਸੰਦ ਨਹੀਂ ਆਈ ਅਤੇ ਹੁਣ ਆਹ ਨਹੀਂ ਕਰਨੀ ਹੈ ਨਾ ਸੋ ਇਟਸ ਜਸਟ ਵੈਰੀ ਜਨਰਲ ਮਤਲਬ ਇਹ ਚੀਜ਼ ਤੁਹਾਡੇ ਲਈ ਡੀਲ ਕਰਨਾ ਸੌਖਾ ਹੈ ਤੁਸੀਂ ਕੀ ਮਤਲਬ ਫਿਲਮ ਚੱਲੀ ਜਾਂ ਨਹੀਂ ਚੱਲੀ ਨਹੀਂ 2-4 ਮਹੀਨੇ ਬਾਅਦ ਮੰਨ ਲਓ ਤੁਸੀਂ ਇੰਨਾ ਕੰਮ ਕੀਤਾ ਹੈ ਤੁਸੀਂ 15-15 16-16 ਘੰਟੇ ਦੀ ਸ਼ਿਫਟ ਦੇ ਵਿੱਚ ਕੰਮ ਕੀਤਾ ਹੈ ਨਾਟ ਇਵਨ ਯੂ ਕਦੀ ਕਦੀ ਸਹੀ ਪਰ 8-10 ਘੰਟੇ ਦੀ ਸ਼ਿਫਟ ਤੇ ਹੁੰਦੀ ਹੀ ਹੁੰਦੀ ਸੀਗੀ ਹੈ ਨਾ ਔਰ ਪੂਰੀ ਟੀਮ ਹੈ ਕਿ 100-150 ਜਣਿਆਂ ਦੀ ਸਾਰੇ ਲਾਈਟਮੈਂਟਸ ਤੋਂ ਲੈ ਕੇ ਔਰ ਅਸੀਂ ਹੌਲੀ ਜਾ ਕੇ 250-400 ਰੁਪਏ ਦੀ ਟਿਕਟ ਖਰੀਦ ਕੇ ਨਹੀਂ ਮਜ਼ਾ ਨਹੀਂ ਆਇਆ ਕਿੱਦਾਂ ਡੀਲ ਕਰਦੇ ਪਹਿਲਾਂ ਕਿੱਦਾਂ ਡੀਲ ਕਰਦੇ ਹਾਂ ਨਹੀਂ ਆਇਆ ਮਜ਼ਾ ਤਾਂ ਨਹੀਂ ਆਇਆ ਫਿਰ ਹੁਣ ਕੀ ਕਰ ਸਕਦੇ ਧੱਕਾ ਤਾਂ ਕਰ ਨਹੀਂ ਸਕਦੇ ਵੀ ਨਹੀਂ ਲਓ ਮਜ਼ਾ ਯੂ ਨੋ ਕਿਉਂਕਿ ਹਰ ਇੱਕ ਬੰਦੇ ਦਾ ਟੇਸਟ ਡਿਫਰੈਂਟ ਆ ਔਰ ਨਹੀਂ ਮਜ਼ਾ ਆਇਆ ਤਾਂ ਇਟਸ ਓਕੇ ਤਾਂ ਹੀ ਤੁਸੀਂ ਉੱਥੇ ਬੈਠੇ ਹੋ ਇਹ ਦੱਸਣ ਲਈ ਕਿ ਆਇਆ ਮਜ਼ਾ ਕਿ ਨਹੀਂ ਆਇਆ ਨਹੀਂ ਆਇਆ ਤਾਂ ਵੀ ਠੀਕ ਆ ਆ ਗਿਆ ਤਾਂ ਵੀ ਠੀਕ ਆ ਤਾਂ ਵੀ ਅਸੀਂ ਖੁਸ਼ ਹਾਂ ਕੀ ਕਰ ਸਕਦੇ ਸਾਡੀ ਮੇਨ ਜਿਹੜੀ ਉਹ ਜਾਰੀ ਰਹਿਣੀ ਰਹਿਣੀ ਆ ਅਸੀਂ ਤਾਂ ਜੋ ਕੰਮ ਕਰਨ ਲਈ ਪੈਦਾ ਹੋਏ ਉਹ ਤਾਂ ਅਸੀਂ ਕਰਦੇ ਰਵਾਂਗੇ ਤੁਹਾਨੂੰ ਐਂਟਰਟੇਨ ਤੁਸੀਂ ਐਂਟਰਟੇਨ ਹੋਣਾ ਆ ਨਹੀਂ ਹੋਣਾ ਔਰ ਤੁਹਾਡਾ ਕਿਹੜਾ ਤਰੀਕਾ ਹੈ ਕਿਸ ਤਰ੍ਹਾਂ ਦੀ ਚੀਜ਼ ਤੁਹਾਨੂੰ ਐਂਟਰਟੇਨ ਕਰਦੀ ਹੈ ਤੁਹਾਡੇ 'ਤੇ ਡਿਪੈਂਡ ਕਰਦਾ ਤਾਂ ਤੁਹਾਨੂੰ ਪੂਰਾ ਹੱਕ ਹੈਗਾ ਆ ਇਹ ਗੱਲ ਕਹਿਣ ਦਾ ਕਿ ਸਾਨੂੰ ਇਸ ਚੀਜ਼ ਨੇ ਐਂਟਰਟੇਨ ਕੀਤਾ ਜਾਂ ਨਹੀਂ ਕਿਤੇ ਕਿਉਂਕਿ ਹਰ ਇੱਕ ਬੰਦੇ ਦਾ ਟੇਸਟ ਡਿਫਰੈਂਟ ਆ ਹੋ ਸਕਦਾ ਜਿਹੜੀ ਫਿਲਮ ਮੈਨੂੰ ਪਸੰਦ ਹੋਵੇ ਤੁਹਾਨੂੰ ਨਾ ਪਸੰਦ ਹੋਵੇ ਔਰ ਤੁਸੀਂ ਕਹੋ ਕਿ ਬੇਕਾਰ ਸੀ ਬਟ ਮੈਨੂੰ ਅੱਛੀ ਲੱਗਦੀ ਹੋਵੇ ਸੋ ਇਟ ਰੀਲੀ ਡਿਪੈਂਡਸ ਪਰਸਪੈਕਟਿਵ ਆ ਜਪਜੀ ਨੂੰ ਅੱਜ ਦੀ ਡੇਟ ਦੇ ਵਿੱਚ ਕਿਹੜਾ ਰੋਲ ਹੈ ਜਿਹੜਾ ਸੌਣ ਨਹੀਂ ਦਿੰਦਾ ਸੌਣ ਨਹੀਂ ਦਿੰਦਾ ਜੀ ਕੋਈ ਅਜਿਹਾ ਰੋਲ ਜਿਹੜਾ ਸੁਪਨਿਆਂ ਦੇ ਵਿੱਚ ਆਉਂਦਾ ਜਿਹੜਾ ਕੀਤਾ ਨਾ ਉਹ ਉਦਾਂ ਮੈਨੂੰ ਲੱਗਾ ਸ਼ਾਇਦ ਕਿ ਜਿਹੜਾ ਮੈਂ ਕਰ ਚੁੱਕੀ ਹਾਂ ਤਾਂ ਅਜੇ ਮੇਰੇ ਅੰਦਰੋਂ ਬਾਹਰ ਗਿਆ ਨਹੀਂ ਉਹ ਮੈਂ ਬਾਅਦ ਚ ਪੁੱਛਦਾ ਅੱਛਾ ਜਿਹੜਾ ਮੈਨੂੰ ਸੌਣ ਇੰਟੈਂਸ ਆਈ ਵਾਂਟ ਟੂ ਡੂ ਇੰਟੈਂਸ ਰੋਲ ਮੈਨੂੰ ਲੱਗਦਾ ਕਿ ਮੇਰੇ ਅੰਦਰ ਕਾਫੀ ਜ਼ਿਆਦਾ ਲੈਵਲ 'ਤੇ ਡਰਾਮਾ ਇੰਟੈਂਸਿਟੀ ਭਰੀ ਹੋਈ ਆ ਇਮੋਸ਼ਨਲ ਮੈਂ ਕਰ ਸਕਦੀ ਹਾਂ ਤੋ ਇੱਦਾਂ ਦਾ ਮੈਂ ਰੋਲ ਚਾਹੁੰਦੀ ਹਾਂ ਸੀਰੀਅਸ ਨੋਟ 'ਤੇ ਜਿੱਦਾਂ ਸੰਕੀਤ ਅਤੇ ਇੰਟੈਂਸ ਮਤਲਬ ਆਈ ਥਿੰਕ ਆਈ ਕੈਨ ਡੂ ਦੈਟ ਆਈ ਕੈਨ ਪਲੇ ਐਨੀਥਿੰਗ ਆਈ ਮਤਲਬ ਇੰਨਾ ਕੌਨਫੀਡੈਂਸ ਹੈਗਾ ਮੈਨੂੰ ਬਟ ਅੱਗੇ ਡਾਇਰੈਕਟਰ 'ਤੇ ਵੀ ਡਿਪੈਂਡ ਕਰਦਾ ਸਕ੍ਰਿਪਟ 'ਤੇ ਵੀ ਡਿਪੈਂਡ ਕਰਦਾ ਕਿ ਕਿੱਦਾਂ ਦੀ ਸਕ੍ਰਿਪਟ ਆ ਔਰ ਕਿੰਨਾ ਕੁ ਕੰਮ ਕਢਵਾ ਰਹੇ ਆ ਤੁਹਾਡੇ ਤੋਂ ਕਈ ਵਾਰੀ ਕੀ ਹੁੰਦਾ ਕਿ ਸਹਿਮਤ ਹੁੰਦਾ ਬੰਦਾ ਨਾ ਸਕ੍ਰਿਪਟ ਦੇ ਨਾਲ ਕਿ ਵੀ ਇੰਨਾ ਕਿ ਇਹ ਕੈਰੈਕਟਰ ਹੱਸੂਗਾ ਜਾਂ ਇੰਨਾ ਕਿ ਬੋਲੂਗਾ ਯੂ ਨੋ ਵਾਟ ਆਈ ਮੀਨ ਬਟ ਤੁਹਾਨੂੰ ਲੱਗਦਾ ਹੁੰਦਾ ਕਿ ਅੰਦਰ ਤੁਸੀਂ ਹੋਰ ਕਰ ਸਕਦੇ ਹੋ ਜਿਸ ਫੀਲਡ ਦਾ ਤੁਸੀਂ ਹਿੱਸਾ ਹੋ ਇਹ ਗਲੈਮਰਸ ਹੈ ਇਸ ਦੇ ਵਿੱਚ ਚਮਕ ਹੈ ਵਧੀਆ ਵਧੀਆ ਲੋਕਾਂ ਦੇ ਵਿੱਚ ਉੱਠਣਾ ਬਹਿਣਾ ਹੈ ਚੰਗੀ ਨੇਕ ਸੋਚ ਵਾਲਿਆਂ ਦੇ ਨਾਲ ਤੁਸੀਂ ਮੁਖਾਲਫਤ ਸੋਰੀ ਤੁਸੀਂ ਉਹਨਾਂ ਦੇ ਨਾਲ ਰੋਜ਼ ਮਿਲਦੇ ਹੋ ਰਬਿੰਗ ਯੋਰ ਸ਼ੋਲਡਰ ਵਿਦ ਦੈਮ ਐਵਰੀ ਡੇ ਸਮੇਂ ਦਾ ਨਹੀਂ ਪਤਾ ਲੱਗਦਾ ਹੈ ਨਾ 10-12 ਸਾਲ ਜਿਹੜੇ ਆਪਾਂ ਨੂੰ ਬੀਤ ਗਏ ਹੈ ਇਸ ਦੇ ਵਿੱਚ ਸਮੇਂ ਦਾ ਪਤਾ ਨਹੀਂ ਲੱਗਦਾ ਟਾਈਮ ਫਲਾਈਜ਼ ਟਾਈਮ ਫਲਾਈ ਅਗਰ ਅੱਛਾ ਲੰਘ ਰਿਹਾ ਤਾਂ ਟਾਈਮ ਫਲਾਈ ਕਰ ਰਿਹਾ ਅਗਰ ਦੁਖੀ ਹੋ ਤਾਂ ਫਿਰ ਤਾਂ ਇੱਕ ਦਿਨ ਵੀ ਬਹੁਤ ਔਖਾ ਫਿਰ ਇੱਕ ਦਿਨ ਵੀ ਔਖਾ ਨਿਕਲਦਾ ਕਿੱਦਾਂ ਦੇਖਦੇ ਹੋ ਪੰਜਾਬੀ ਇੰਡਸਟਰੀ ਦੇ ਵਿੱਚ ਤੁਹਾਨੂੰ 12 ਸਾਲ ਹੋ ਗਏ 12 ਸਾਲ ਪਹਿਲਾਂ ਇੰਡਸਟਰੀ ਦੇ ਵਿੱਚ ਜੋ ਫਿਲਮਾਂ ਬਣਦੀਆਂ ਪਈਆਂ ਸੀਗੀਆਂ ਅੱਜ ਦੀ ਡੇਟ ਦੇ ਵਿੱਚ ਜੋ ਫਿਲਮਾਂ ਬਣਦੀਆਂ ਪਈਆਂ ਕੀ ਮੇਜਰ ਅੰਤਰ ਹੈ ਜੇ ਆਪਾਂ ਕੰਪੇਅਰ ਕਰੀਏ ਤਾਂ ਕਾਫੀ ਨਵੇਂ ਡਾਇਰੈਕਟਰਸ ਆਏ ਨੇ ਐਕਟਰਸ ਆਏ ਨੇ ਇੰਡਸਟਰੀ ਵੱਡੀ ਹੋਈ ਆ ਔਰ ਅੱਛੀ ਗੱਲ ਆ ਨਵੇਂ ਨਵੇਂ ਟੋਪਿਕਸ ਜਿਹੜੇ ਪਹਿਲਾਂ ਰਿਸਕ ਨਹੀਂ ਸੀ ਲੈਂਦੇ ਹੁਣ ਰਿਸਕ ਲੈਣੇ ਸ਼ੁਰੂ ਹੋਏ ਆ ਪ੍ਰੋਡਿਊਸਰਸ ਵੀ ਕਿ ਨਹੀਂ ਇਹ ਟੋਪਿਕ 'ਤੇ ਆਪਾਂ ਫਿਲਮ ਬਣਾ ਸਕਦੇ ਹਾਂ ਸ਼ਾਇਦ ਲੋਕ ਯੂ ਨੋ ਅਸੈਪਟ ਕਰਨ ਸੋ ਇੱਕ ਜਿਹੜਾ ਰਿਸਕ ਲੈਣ ਵਾਲੀ ਜਿਹੜੀ ਗੱਲ ਆ ਉਹ ਸਾਹਮਣੇ ਆਈ ਆ ਕਿ ਹੁਣ ਰਿਸਕ ਲੈ ਰਹੇ ਨੇ ਚਾਹੇ ਕਿੱਦਾਂ ਦਾ ਵੀ ਕੰਟੈਂਟ ਹੋਵੇ ਇਹ ਨਹੀਂ ਆ ਕਿ ਅਗਰ ਇੱਕ ਹੀ ਤਰ੍ਹਾਂ ਦੀ ਫਿਲਮਸ ਬਣ ਰਹੀਆਂ ਨੇ ਯੂ ਨੋ ਰੋਮੈਂਟਿਕ ਕਾਮੇਡੀ ਜਾਂ ਇਹ ਜਾਂ ਉਹ ਮੁਟਿਆਰਾਂ ਨੇ ਪੰਜਾਬ ਦੀਆਂ ਬਾਹਰਲੇ ਮੁਲਕਾਂ ਦੀਆਂ ਜੋ ਤੁਹਾਡੇ ਵਰਗਾ ਬਣਨਾ ਚਾਹੁੰਦੀਆਂ ਨੇ ਕੀ ਸੰਦੇਸ਼ ਤੁਸੀਂ ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਆਉਣ ਤੋਂ ਪਹਿਲਾਂ ਦੇਣਾ ਚਾਹੋਗੇ ਔਰ ਕੀ ਕੀ ਮੁੱਖ ਗੱਲਾਂ ਨੇ ਜੋ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ ਨੰਬਰ 1 ਕਿ ਕਿਸੇ ਵਰਗਾ ਬਣਨ ਦੀ ਲੋੜ ਨਹੀਂ ਹੈਗੀ
जो तुहानू रब ने बनाया उहदे ते ही तुसीं अपनी इंप्रूवमेंट करो. अगर तुसीं सपोज राइटिंग च वधिया ते उहनू फर्दर लैके जाओ, अपने पैशन नू फॉलो करो. गल नाल बिल्कुल इतफाक रखदा, हर बंदा यूनीक है और हर मुटियार अपने आप दे विच यूनीक है. आस करते हैं कि साडा ये मोटिवेशन वाला जिहड़ा सैशन है वो कामयाब होया होएगा खास गलबात दे जरिए. सॉरी मैं तुहानू कट रही, मैनूं लगदा मैं कई वारी सोचदी हुंदी मैनूं मोटिवेशन वालियां ना ओह शुरू करनियां चाहीदियां वीडियोस. अगर ते थोड़ा ये अपना एपीसोड कामयाब रहा ते फिर शायद मैनूं इत्थों हलाशेरी मिले ते मैं शायद शुरू ही करां. साडा ते कामयाब होणा ही होणा, जिथे जपजी खैरा बह गए उत्थे कामयाबी अपने आप मिलनी मिलनी. नहीं 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 नहीं, ये तो तुसीं मैनूं बुलाया, थैंक यू सो मच पीटीसी पंजाबी एंड इट्स लवली टू बी बैक अगेन. थैंक यू वेरी मच, साडे शो दा तुसी हिस्सा बने हो और थैंक यू वेरी मच ऑल ऑफ यू. तुसी साडा शो हर हफ्ते देखते रहने हो ते सानू इदां थोड़ा बहुत हलाशेरी मिलती रहती है और किते ना किते असी थानू जे मोटिवेट भी करते हैं ते उस दे विच भी साडे पंजाब दा साडे सभ्याचार दा जिहड़ा है पला है पलाई है पलाई करते रहना चाहिए. नाले अगले हफ्ते मिलेंगे राती 9:30 बजे एतवार नू. सुप्रीत सिंह कालू नू दिओ इजाजत, धन्यवाद.